ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਸਾਰੇ ਬੱਚਿਆਂ ਦਾ ਸਵਾਗਤ। ਵੈਲਕਮ ਜੀ ਆਇਆਂ ਨੂੰ ਬੇਟਾ। ਤੇ ਅੱਜ ਬੇਟਾ ਆਪਾਂ ਜੋ ਹੈ ਗੱਲ ਕਰਾਂਗੇ ਪੰਜਾਬ ਆਕਾਰ ਅਤੇ ਸਥਿਤੀ। ਤੇ ਇਹਦੇ ਵਿੱਚ ਆਪਣਾ ਜੋ ਹੈ ਇਹ ਦੋ ਭਾਗ ਸੀ ਬੇਟਾ। ਪਾਰਟ 1 ਆਪਾਂ ਕਰ ਚੁੱਕੇ ਹਾਂ ਤੇ ਸੈਕਿੰਡ ਪਾਰਟ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਪੰਜਾਬ ਦੇ ਜ਼ਿਲ੍ਹਿਆਂ ਦੀ ਖੇਤਰੀ ਵੰਡ। ਓਕੇ, ਤੇ ਕਿਸੇ ਵੀ ਬੱਚੇ ਨੂੰ ਬੇਟਾ ਅਗਰ ਕੋਈ ਕੁਐਰੀ ਹੈ, ਬੱਚੇ ਨੇ ਕੋਈ ਕੁਐਸਚਨ ਪੁੱਛਣਾ ਹੈ ਤਾਂ ਉਹ ਚੈਟ ਬੋਕਸ ਦੇ ਵਿੱਚ ਆਪਣਾ ਆਨਸਰ ਦੇ ਸਕਦਾ ਬੇਟਾ ਲਿਖ ਕੇ। ਤੇ ਲੈਸਨ ਤੋਂ ਬਾਅਦ ਜੋ ਹੈ ਆਪ ਜੀ ਦੇ ਸਾਰੇ ਪ੍ਰਸ਼ਨਾਂ ਦੇ ਬੇਟਾ ਆਨਸਰ ਦਿੱਤੇ ਜਾਣਗੇ। ਓਕੇ, ਚਲੀ ਆਓ, ਮੈਂ ਸ਼ੇਅਰ ਕਰਦਾ ਹਾਂ ਬੇਟਾ ਸਾਰਿਆਂ ਨਾਲ। ਸਭ ਤੋਂ ਪਹਿਲਾਂ ਆਪਾਂ ਜੋ ਹੈ ਗੱਲ ਕਰ ਰਹੇ ਹਾਂ, ਲਓ ਇਹ ਕਨਸੈਪਟ ਮੈਂ ਆਪ ਜੀ ਦੇ ਸਾਹਮਣੇ ਪੰਜਾਬ ਆਕਾਰ ਅਤੇ ਸਥਿਤੀ ਬੇਟਾ ਇਹਦੇ ਉੱਪਰ ਅੱਜ ਆਪਾਂ ਜੋ ਹੈ ਗੱਲ ਕਰਨ ਜਾ ਰਹੇ ਹਾਂ। ਤਾਂ ਸਾਰੇ ਬੱਚੇ ਆਪਣੀ ਕਾਪੀ ਅਤੇ ਪੈੱਨ ਵਗੈਰਾ ਦੇ ਵਿੱਚ ਬੇਟਾ ਨੋਟ ਕਰ ਲੈਣ ਸਾਰੇ ਆਕਾਰ ਅਤੇ ਸਥਿਤੀ। ਇਹ ਬੇਟਾ ਜੋ ਪੰਜਾਬ ਹੈ, ਆਪਾਂ ਆਪਣਾ ਜੋ ਮਾਡਰਨ ਪੰਜਾਬ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ। ਜੋ ਸਾਡਾ ਅਜੋਕਾ ਪੰਜਾਬ ਹੈ ਜਿਸ ਦਾ ਜਨਮ 1 ਨਵੰਬਰ 1966 ਦੇ ਵਿੱਚ ਬੇਟਾ ਹੋਇਆ ਸੀ। ਅਤੇ ਤੁਸੀਂ ਸਾਰੇ ਬੱਚੇ ਜਾਣਦੇ ਹੋ ਕਿ ਹੁਣ ਜੋ ਹੈ ਇਸ ਵਕਤ ਆਪਣੇ ਜੋ ਹੈ ਪੰਜਾਬ ਦੇ ਵਿੱਚ 22 ਜ਼ਿਲ੍ਹੇ ਹੈਗੇ ਨੇ। ਓਕੇ, ਔਰ ਇਹ ਜਿਹੜੇ 22 ਜ਼ਿਲ੍ਹੇ ਨੇ ਬੇਟਾ ਇਹਨਾਂ ਦੀ ਜੋ ਫਰਦਰ ਜਿਹੜੀ ਖੇਤਰੀ ਵੰਡ ਹੈ, ਜਿਵੇਂ ਸਾਡੇ ਕੋਲ ਮਾਲਵਾ ਖੇਤਰ ਹੈ। ਓਕੇ, ਤੇ ਆਹ ਦੇਖੋ ਮਾਝਾ ਖੇਤਰ ਹੈ, ਇਹ ਸਾਡੇ ਕੋਲ ਦੁਆਬਾ ਖੇਤਰ ਹੈ। ਮਾਝਾ, ਮਾਲਵਾ, ਦੁਆਬਾ, ਤੇ ਇੱਕ ਸਾਡੇ ਕੋਲ ਬੇਟਾ ਹੋਰ ਹੈ ਪਵਾਧ ਖੇਤਰ। ਆਓ ਅੱਜ ਆਪਾਂ ਜੋ ਹੈ ਇਹਨਾਂ ਬਾਰੇ ਬੇਟਾ ਗੱਲ ਕਰਦੇ ਹਾਂ ਸਾਰੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਾਲਵਾ ਖੇਤਰ ਦੇ ਵਿੱਚ। ਮਾਲਵਾ ਖੇਤਰ ਦੇ ਅੰਦਰ ਜੋ ਹੈ ਕਵਰ ਹੋਣ ਵਾਲੇ ਜ਼ਿਲ੍ਹੇ ਇਹ ਤੁਹਾਡੇ ਸਾਹਮਣੇ ਬੇਟਾ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਮੋਗਾ। ਓਕੇ, ਅਰਥਾਤ ਸਾਡੇ ਕੋਲ ਮਾਲਵੇ ਖੇਤਰ ਦੇ ਵਿੱਚ ਜਿਹੜੇ ਜ਼ਿਲ੍ਹੇ ਨੇ ਬੇਟਾ 1, 2, 3, 4, 5, 6, 7, 8, 9 ਅਤੇ 10 ਜਿਹੜੇ ਜ਼ਿਲ੍ਹੇ ਸਾਡੇ ਮਾਲਵਾ ਖੇਤਰ ਦੇ ਅਧੀਨ ਆਉਂਦੇ ਨੇ। ਅਤੇ ਆਓ ਆਪਾਂ ਇੱਕ ਇੱਕ ਕਰਕੇ ਜੋ ਹੈ ਇਹਨਾਂ ਜ਼ਿਲ੍ਹਿਆਂ ਬਾਰੇ ਵੀ ਗੱਲ ਕਰ ਲਈਏ। ਬੇਟਾ ਮਾਲਵਾ ਖੇਤਰ ਦਾ ਜੋ ਜ਼ਿਲ੍ਹਾ ਹੈ ਬਰਨਾਲਾ, ਜਿਹੜਾ ਕਿ 2006 ਦੇ ਵਿੱਚ ਬੇਟਾ ਇਹ ਜ਼ਿਲ੍ਹਾ ਬਣਿਆ ਸੀ, ਅਤੇ ਇਸ ਵਕਤ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ। ਬੱਚੇ ਨੋਟ ਕਰਨਗੇ ਸਾਰੇ ਕਿ ਜੋ ਬਰਨਾਲਾ ਹੈ ਸਾਡੇ ਪੰਜਾਬ ਦੇ ਵਿੱਚ, ਇਸ ਜ਼ਿਲ੍ਹੇ ਦੀ ਆਬਾਦੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਹੈ। ਓਕੇ, ਅਤੇ ਚਲੀਏ ਅੱਗੇ ਹੈ ਬਠਿੰਡਾ। ਬਠਿੰਡੇ ਨੂੰ ਬੇਟਾ ਮਾਲਵੇ ਦਾ ਦਿਲ ਵੀ ਕਿਹਾ ਜਾਂਦਾ ਹੈ। ਇਹ ਕੁਐਸਚਨ ਬੜਾ ਮਸ਼ਹੂਰ ਹੈ ਕਿ ਮਾਲਵੇ ਦਾ ਦਿਲ ਦੇ ਨਾਮ ਨਾਲ ਕਿਹੜਾ ਜ਼ਿਲ੍ਹਾ ਮਸ਼ਹੂਰ ਹੈ, ਤਾਂ ਉਹ ਜੋ ਹੈ ਆਪਣਾ ਬਠਿੰਡਾ। ਅਤੇ ਆਹ ਬੱਚੋ ਨੋਟ ਕਰੋ ਕਿ ਜਿਹੜਾ ਬਠਿੰਡੇ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਬਨ ਬਤੂਤਾ, ਦੇਖੋ ਜਿਹੜੇ ਵਿਦੇਸ਼ੀ ਲੇਖਕ ਸੀ ਬੇਟਾ ਆਪਣੇ ਕੋਲ ਆਏ ਸੀ ਆਪਣੇ ਭਾਰਤ ਦੇ ਵਿੱਚ, ਤਾਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਵੀ ਜੋ ਹੈ ਬਠਿੰਡੇ ਦਾ ਜ਼ਿਕਰ ਆਉਂਦਾ ਹੈ। ਕਿੰਨਾ ਪੁਰਾਣਾ ਆਪਣਾ ਸ਼ਹਿਰ ਹੈਗਾ ਹੈ। ਔਰ ਜੋ ਬਠਿੰਡੇ ਦਾ ਸੰਬੰਧ ਹੈ ਬੇਟਾ, ਜਿਹੜੀ ਪਹਿਲੀ ਸਾਡੀ ਮੁਸਲਿਮ ਸ਼ਾਸਕ ਸੀ ਭਾਰਤ ਦੀ, ਰਜ਼ੀਆ ਸੁਲਤਾਨ, ਤੁਸੀਂ ਬੇਟਾ 7ਵੀਂ 8ਵੀਂ 'ਚ ਪੜ੍ਹ ਕੇ ਆਏ ਹੋ, ਤਾਂ ਰਜ਼ੀਆ ਸੁਲਤਾਨ ਦਾ ਵੀ ਜੋ ਸੰਬੰਧ ਹੈ ਉਹ ਬਠਿੰਡੇ ਦੇ ਨਾਲ ਰਿਹਾ ਹੈ। ਓਕੇ, ਤਾਂ ਤਿੰਨ ਗੱਲਾਂ ਬੇਟਾ ਪਤਾ ਲੱਗਿਆ ਬਠਿੰਡੇ ਬਾਰੇ। ਮਾਲਵੇ ਦਾ ਦਿਲ ਹੈ,
इबन बतूता दियां लिखतां विच इन्हां दा जिक्र आउंदा है बठिंडे दा, और बठिंडे दा जो संबंध है रजिया सुल्तान दे नाल भी रहा है। ते एक गल होर बेटा, जो बठिंडा है ये बहुत वड्डा रेलवे दा जंक्शन भी है। चलिए नेक्स्ट है फरीदकोट जिला। ये बेटा 1972 दे विच जिला बनिया, ते ये जो नाम रखा गया है फरीदकोट, सूफी जिहड़े साडे भगत होए ने महान शेख फरीद, उन्हां दे नाम दे उपर बेटा जो है इस जिले का नाम रखा गया है फरीदकोट। अगला जिहड़ा जिला है बेटा फाजिलका, जो कि 2011 दे विच ये जिला बनिया। पहले ये फिरोजपुर का बेटा हिस्सा हुंदा सी। ते जो फाजिलका है ये जिहड़े किन्नू हो गए बेटा, संतरा हो गया, माल्टा अते होर रसदार फलां वास्ते मशहूर है। ओके, किन्नू अते होर रसदार फलां वास्ते जो फाजिलका है बेटा वो मशहूर है। ते एक गल होर बेटा फाजिलका जिले बारे कि जो इस दी जलवायु है बेटा वो भूमध सागरी जलवायु दे नाल मेल खांदी है। ये क्वेश्चन इंपोर्टेंट है कि पंजाब दे किस जिले दी जो जलवायु है वो भूमध सागरी जलवायु दे नाल मेल खांदी है। ते उसी बड़ा उरों जवाब दे विच लिखना है फाजिलका। ओके, अगे आपां देखते हैं बेटा फिरोजपुर। फिरोजपुर जिहड़ा जिला है बेटा ये 1947 तो पहला दा जिला है, यानी कि भारत की जदों वंड नहीं हुई सी ये उस तो पहले दा जिला है, और बड़ा इतिहासिक है बेटा और बहुत पुराना जिला है फिरोजपुर बेटा। ते जिहड़ा साडा ये भी एक सरहदी जिला है बेटा, उहदी आपां चलो अगे गल करांगे। फिरोजपुर तो बाद हुण आपां चलदे हां डिस्ट्रिक्ट लुधियाना बेटा। लुधियाना जिला बेटा ये खेत्रफल पक्खों भी ते आबादी पक्खों भी पंजाब दा सब तो वड्डा जिला है। ओके जी, जो बेटा लुधियाना है बच्चे फिर नोट कर लो, खेत्रफल पक्खों ते आबादी पक्खों ये पंजाब दा सब तो वड्डा जिला है। बेटा मैं बोल रहा हाँ ते तुसी जस्ट चैनल सुनो, ते मैं कोशिश करता हाँ जूम करन दी। हाँ जी, लुधियाना तो बाद जो है आपां अगे गल कर दिया। ये जरा है बेटा संगरूर। जो संगरूर जो अपना जिला है पंजाब दा बेटा ये सॉरी, संगरूर तो पहले आपा गल लुधियाना बारे गल कर लिए पूरा। 1480 दे विच बेटा एदी स्थापना हुई, ते लोधी वंश दे जेहड़े संस्थापक सी बेटा उन्हां द्वारा जड़ा है नगर वसाया गया, तो ऐसे करके ही जड़ा एदा नाम लोधियाना पिया। लोधियाना, लोधी आना, लोधी वंश दे जेहड़े शासक सी बेटा उन्हां द्वारा ये बनाया गया। और पंजाब जो है खेतीबाड़ी यूनिवर्सिटी साड़ी इत्थे हैगी है बेटा लुधियाना दे विच, और होजरी दे समान वास्ते भी मशहूर है साड़ा लुधियाना। ते चलिए अगे आपां गल करदे हां बेटा डिस्ट्रिक्ट संगरूर दी। जो संगरूर है साड़ा जिला ये पिंतामा दे नाल भरिया होया जिला है। सानू इत्थे जिहड़ा बहुत सारियां बेटा पिंतामा मिलदियां ने इस जिले दे विच, और ये जिहड़ा जिला है संगरूर ये आजादी तो पहला जो साड़ी रियासत सी जींद, ये कदे उस दी राजधानी हुंदा सी बेटा। ओके, तां जींद रियासत दी राजधानी वाला जिहड़ा जिला है ये संगरूर। मुक्तसर साहब बारे बेटा जानदे हो बच्चे, 1995 दे विच जिला बनिया मुक्तसर, और इहदा जो संबंध है जो साडे दसम पातशाह ने श्री गुरु गोबिंद सिंह जी इहनां दे नाल संबंध है, क्योंकि इत्थे ही जिहड़ी ये लड़ाई हुई सी और
ਜਿਹੜੇ 40 ਮੁਕਤੇ ਬੇਟਾ ਸ਼ਹੀਦ ਹੋਏ ਸੀ, ਉਸ ਤੋਂ ਬਾਅਦ ਜੋ ਹੈ ਇਹਦਾ ਨਾਮ ਖਿਦਰਾਣਾ ਤੋਂ ਬਦਲ ਕੇ ਮੁਕਤਸਰ ਬੇਟਾ ਪੈ ਗਿਆ ਸੀ। ਓਕੇ, ਪਹਿਲੇ ਇਹਦਾ ਜਿਹੜਾ ਨਾਮ ਸੀ ਉਹ ਖਿਦਰਾਣਾ ਸੀ। ਹਾਂਜੀ, ਜੇਕਰ ਮੈਂ ਮਾਨਸਾ ਦੀ ਗੱਲ ਕਰਾਂ ਬੇਟਾ, ਜ਼ਿਲ੍ਹਾ ਮਾਨਸਾ ਮਾਲਵੇ ਦਾ ਜ਼ਿਲ੍ਹਾ, 1992 ਦੇ ਵਿੱਚ ਇਹ ਜ਼ਿਲ੍ਹਾ ਬਣਿਆ ਮਾਨਸਾ, ਤੇ ਮਾਨਸੇ ਜ਼ਿਲ੍ਹੇ ਨੂੰ ਚਿੱਟੇ ਸੋਨੇ ਦੀ ਭੂਮੀ ਕਿਹਾ ਜਾਂਦਾ ਹੈ ਬੇਟਾ, ਚਿੱਟੇ ਸੋਨੇ ਦੀ ਭੂਮੀ, ਕਿਉਂਕਿ ਇੱਥੇ ਜਿਹੜੀ ਕਪਾਹ ਹੈ ਇਹ ਬਹੁਤ ਜ਼ਿਆਦਾ ਬੇਟਾ ਹੁੰਦੀ ਹੈ। ਇੱਕ ਵਾਰੀ ਫਿਰ ਬੇਟਾ ਮੈਂ ਜਿੰਨੇ ਵੀ ਬੱਚੇ ਸਾਡੇ ਨਾਲ ਜੁੜੇ ਨੇ ਮੈਂ ਸਾਰਿਆਂ ਦਾ ਵੈਲਕਮ ਕਰਦਾ ਹਾਂ, ਔਰ ਇਸ ਵੀਡੀਓ ਦਾ ਲਿੰਕ ਬੇਟਾ ਜੋ ਹੈ ਯੂਟਿਊਬ ਉੱਪਰ ਪਾ ਦਿੱਤਾ ਜਾਊਗਾ, ਮੈਸੇਜ ਦੇ ਨਾਲ ਹੀ ਸ਼ੋ ਸੀ, ਤੇ ਤੁਸੀਂ ਬੱਚੇ ਆਰਾਮ ਨਾਲ ਦੁਬਾਰਾ ਵੀ ਦੇਖ ਸਕਦੇ ਹੋ। ਤੇ ਮਾਲਵੇ ਦਾ ਬੇਟਾ ਜਿਹੜਾ ਲਾਸਟ ਜ਼ਿਲ੍ਹਾ ਹੈ ਮੋਗਾ, ਮੋਗਾ ਵੀ ਜਿਹੜਾ ਹੈ ਇਹ 1995 ਦੇ ਵਿੱਚ ਜ਼ਿਲ੍ਹਾ ਬਣਾਇਆ ਗਿਆ। ਮੁਕਤਸਰ ਜਿਹੜਾ ਬੇਟਾ ਜ਼ਿਲ੍ਹਾ ਬਣਿਆ 1995 ਦੇ ਵਿੱਚ, ਤੇ ਇਹਦੇ ਨਾਲ ਹੀ ਮੋਗਾ ਜੋ ਹੈ 1995 ਦੇ ਵਿੱਚ ਜ਼ਿਲ੍ਹਾ ਬਣਿਆ। ਤੇ ਇਹਦੀ ਜਿਹੜੀ ਖਾਸੀਅਤ ਹੈ ਬੇਟਾ, ਬਰਤਾਨਵੀ ਹਕੂਮਤ ਸਮੇਂ ਇਹ ਜਿਹੜਾ ਹੈ ਈਸਾਈਆਂ ਦਾ ਦੂਸਰਾ ਵੱਡਾ ਕੇਂਦਰ ਸੀ, ਪਹਿਲਾ ਬੇਟਾ ਲੁਧਿਆਣਾ ਸੀ, ਔਰ ਜਿਹੜਾ ਦੂਸਰਾ ਵੱਡਾ ਕੇਂਦਰ ਈਸਾਈਆਂ ਦਾ ਇਹ ਹੈ ਮੋਗਾ। ਓਕੇ, ਹਾਂਜੀ, ਹੁਣ ਬੇਟਾ ਅਗਰ ਕਿਸੇ ਦੇ ਕੋਈ ਕੁਐਸਚਨ ਹੈ ਮਨ ਦੇ ਵਿੱਚ ਬੇਟਾ, ਵੀਡੀਓ ਜੋ ਹੈ ਉਹ ਰਨ ਹੋ ਜਾਏਗੀ, ਤੇ ਉਹ ਕੁਛ ਕੋਈ ਦਿੱਕਤ ਨਹੀਂ ਹੈ ਬੇਟਾ, ਮੇਰੇ ਜੋ ਹੈ ਕੋਈ ਸ਼ੋਰ ਸ਼ਾਬਾ ਨਹੀਂ ਹੈ ਬੇਟਾ, ਮੈਂ ਤਾਂ ਬਿਲਕੁਲ ਸਾਇਲੈਂਟ 'ਚ ਕੰਮ ਹੋ ਰਿਹਾ। ਚਲੀਏ ਅੱਗੇ ਆਪਾਂ ਹੁਣ ਸ਼ੁਰੂ ਕਰਦੇ ਹਾਂ। ਇਹ ਸਾਡਾ ਜਿਹੜਾ ਬੇਟਾ ਮਾਲਵਾ ਖੇਤਰ ਬਾਰੇ ਆਪਾਂ ਗੱਲ ਕੀਤੀ ਹੈ, ਔਰ ਮਾਲਵੇ ਖੇਤਰ ਤੋਂ ਬਾਅਦ ਜੋ ਹੈ ਹੁਣ ਆਪਾਂ ਚੱਲਦੇ ਹਾਂ ਮਾਝਾ ਖੇਤਰ। ਇਹ ਤੁਹਾਡੇ ਸਾਹਮਣੇ ਬੇਟਾ ਆਹ ਵਾਲਾ ਜਿਹੜਾ ਸਾਰਾ ਮਾਝਾ ਖੇਤਰ ਹੈ, ਪਹਿਲੇ ਆਪਾਂ ਇਹਨਾਂ ਦੇ ਜ਼ਿਲ੍ਹਾ ਦੇਖ ਲਈਏ ਵੀ ਜ਼ਿਲ੍ਹੇ ਕਿਹੜੇ ਕਿਹੜੇ ਨੇ ਮਾਝਾ। ਉਹਦੇ 'ਚ ਸਾਡੇ ਕੋਲ ਬੇਟਾ ਮੇਨ 4 ਜ਼ਿਲ੍ਹੇ ਨੇ, ਜੇਕਰ ਮੈਂ ਨਕਸ਼ੇ ਦੇ ਹਿਸਾਬ ਨਾਲ ਉੱਪਰੋਂ ਚੱਲਾਂ ਤਾਂ ਸਭ ਤੋਂ ਉੱਪਰ ਬੇਟਾ ਪਠਾਨਕੋਟ, ਫਿਰ ਗੁਰਦਾਸਪੁਰ, ਫਿਰ ਅੰਮ੍ਰਿਤਸਰ ਤੇ ਤਰਨ ਤਾਰਨ ਸਾਹਿਬ। ਤਾਂ ਇਹ 4 ਜ਼ਿਲ੍ਹੇ ਜਿਹੜੇ ਸਾਡੇ ਮਾਝਾ ਖੇਤਰ 'ਚ ਆਉਂਦੇ ਨੇ, ਤੇ ਜਿਹੜੇ ਇੱਥੇ ਬੇਟਾ ਲੋਕ ਰਹਿੰਦੇ ਨੇ ਅਸੀਂ ਉਹਨੂੰ ਮਜੈਲ ਕਹਿੰਦੇ ਹਾਂ, ਮਾਲਵੇ ਦੇ ਲੋਕਾਂ ਨੂੰ ਮਲਵਈ ਕਹਿੰਦੇ ਹੈਗੇ ਆ। ਓਕੇ, ਚਲੀਏ ਅੰਮ੍ਰਿਤਸਰ ਦਾ ਜਿਹੜਾ ਬੇਟਾ ਜੋ ਨਾਮ ਰੱਖਿਆ ਗਿਆ ਹੈ ਅੰਮ੍ਰਿਤਸਰ, ਇਹਦਾ ਮਤਲਬ ਹੈ ਅੰਮ੍ਰਿਤ ਦਾ ਸਰੋਵਰ, ਜੋ ਕਿ ਸਾਡੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੈ ਬੇਟਾ, ਤੇ ਉਸ ਸਰੋਵਰ ਦੇ ਨਾਮ ਤੋਂ ਹੀ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਬੇਟਾ ਪਿਆ। ਤੇ ਪਹਿਲੇ ਇਹਨਾਂ ਦਾ ਨਾਮ ਜੋ ਹੈ ਇਸ ਸ਼ਹਿਰ ਦਾ ਨਾਮ ਸੀ ਜਗ ਰਾਮਦਾਸ। ਓਕੇ, ਕਿਉਂਕਿ ਇਹ ਜੋ ਹੈ ਨਗਰ ਸਾਡੀ ਚੌਥੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਹੋਇਆ ਸ਼ਹਿਰ ਹੈ ਬੇਟਾ, ਤੇ ਬਾਅਦ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤ ਸਰੋਵਰ ਬਣਨ ਕਰਕੇ ਇਹਦਾ ਨਾਮ ਅੰਮ੍ਰਿਤਸਰ ਪੈ ਗਿਆ, ਤੇ ਹੁਣ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ ਬੇਟਾ। ਹਾਂਜੀ, ਅੱਗੇ ਹੈ ਤਰਨ ਤਾਰਨ ਬੇਟਾ, ਇਹ ਵੀ ਪਹਿਲਾਂ ਅੰਮ੍ਰਿਤਸਰ ਦਾ ਹਿੱਸਾ ਸੀ ਜ਼ਿਲ੍ਹੇ ਦਾ, ਤੇ 2006 ਦੇ ਵਿੱਚ ਜਿਹੜਾ ਹੈ ਇਹ ਤਰਨ ਤਾਰਨ ਜ਼ਿਲ੍ਹਾ ਬਣਿਆ, ਔਰ ਇਹਦੇ ਵਿੱਚ ਵੀ ਬੇਟਾ ਇੱਕ ਸਰੋਵਰ ਹੈ ਤਰਨ ਤਾਰਨ, ਤੇ ਜੋ ਸਾਡੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਵਸਾਇਆ ਗਿਆ ਹੈ, ਔਰ ਉਸ ਜਿਹੜਾ ਹੈ ਸਰੋਵਰ ਦੇ ਕਰਕੇ ਜਿਹੜਾ ਵੀ ਜੋ ਵੀ ਇੱਥੇ ਇਹ ਧਾਰਨਾ ਹੈ ਕਿ ਜਿਸ ਵੀ ਇਨਸਾਨ ਨੇ ਤਰਨ ਤਾਰਨ ਦੇ ਵਿੱਚ ਆ ਕੇ ਸਰੋਵਰ ਦੇ ਵਿੱਚ ਆ ਕੇ ਬੇਟਾ ਇਸ਼ਨਾਨ ਕਰ ਲਿਆ ਤਾਂ ਉਹ ਜੋ ਹੈ ਇਸ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ, ਤਰ ਜਾਂਦਾ ਹੈ, ਤਾਂ ਉਹ ਸਰੋਵਰ ਦੇ ਨਾਮ ਤੋਂ ਹੀ ਜੋ ਹੈ ਇਹਨਾਂ ਦਾ ਜੋ ਹੈ ਸ਼ਹਿਰ ਦਾ ਨਾਮ ਤਰਨ ਤਾਰਨ ਪੈ ਗਿਆ। ਓਕੇ, ਤੇ ਹਾਂਜੀ ਸਮਾਂ ਬੇਟਾ ਆਪਣਾ ਜਿਹੜਾ ਹੋ ਰਿਹਾ ਆਪਾਂ ਚਲੋ ਅੱਗੇ ਚੱਲਦੇ ਹਾਂ। ਹੋਰ ਪਠਾਨਕੋਟ ਬੇਟਾ, ਇਹ 2011 ਦੇ ਵਿੱਚ ਜ਼ਿਲ੍ਹਾ ਬਣਿਆ, ਤੇ ਜਿਹੜਾ ਪਠਾਨਕੋਟ ਹੈ ਇਹ ਸਭ ਤੋਂ ਛੋਟਾ ਜ਼ਿਲ੍ਹਾ ਹੈ ਬੇਟਾ, ਖੇਤਰਫਲ ਪੱਖੋਂ ਸਭ ਤੋਂ ਛੋਟਾ ਜ਼ਿਲ੍ਹਾ ਸਾਡਾ ਪਠਾਨਕੋਟ ਬੇਟਾ। ਓਕੇ, ਅੱਗੇ ਹੈ ਗੁਰਦਾਸਪੁਰ,
ਗੁਰਦਾਸਪੁਰ ਦੇ ਵਿੱਚ ਬੜਾ ਕਾਫੀ ਜੋ ਹੈ ਇਤਿਹਾਸ ਭਰਿਆ ਹੋਇਆ ਹੈ। ਪਹਿਲੀ ਗੱਲ ਤਾਂ ਕਿ ਜੋ ਮੁਗਲ ਬਾਦਸ਼ਾਹ ਅਕਬਰ ਹੈ ਬੇਟਾ, ਅਕਬਰ ਬਾਦਸ਼ਾਹ ਦੀ ਜਿਹੜੀ ਤਾਜਪੋਸ਼ੀ ਹੋਈ ਸੀ ਨਾ, ਜਦੋਂ ਉਹਨਾਂ ਨੂੰ ਰਾਜਾ ਬਣਾਇਆ ਗਿਆ, ਜਦੋਂ ਬਾਦਸ਼ਾਹ ਬਣਾਇਆ ਗਿਆ, ਤੇ ਇਹ ਗੁਰਦਾਸਪੁਰ ਦਾ ਸ਼ਹਿਰ ਸੀ ਕਲਾਨੌਰ। ਗੁਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਕਲਾਨੌਰ, ਤੇ ਉਸ ਜਗ੍ਹਾ ਦੇ ਉੱਪਰ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ। ਕੁਸ਼ਚਨ ਤੁਹਾਨੂੰ ਬੇਟਾ ਇਹ ਆ ਸਕਦਾ ਹੈ ਕਿ ਅਕਬਰ ਬਾਦਸ਼ਾਹ ਦੀ ਜਿਹੜੀ ਤਾਜਪੋਸ਼ੀ ਵਾਲਾ ਜਿਹੜਾ ਸ਼ਹਿਰ ਹੈ ਕਲਾਨੌਰ, ਉਹ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ? ਤਾਂ ਗੁਰਦਾਸਪੁਰ। ਤੇ ਦੂਸਰਾ ਜੋ ਹੈ ਇਹਦਾ ਸ਼ਹਿਰ ਹੈ ਬੇਟਾ ਬਟਾਲਾ, ਜਿਹੜਾ ਕਿ ਘਰੇਲੂ ਸਨਅਤਾਂ ਲਈ ਬਹੁਤ ਪ੍ਰਸਿੱਧ ਹੈ। ਜੋ ਸਾਡੀਆਂ ਜੋ ਘਰੋਗੀ ਜੋ ਇੰਡਸਟਰੀ ਹੈ ਬੇਟਾ, ਉਹਦੇ ਵਾਸਤੇ ਜੋ ਬਟਾਲਾ ਹੈ, ਇਹ ਸਾਡਾ ਕਾਫੀ ਮਸ਼ਹੂਰ ਹੈ। ਤਾਂ ਇਹ ਜਿਹੜਾ ਆਪਣਾ ਸੀ ਬੇਟਾ, ਮਾਝੇ ਬਾਰੇ ਗੱਲ ਆਪਾਂ ਕੀਤੀ, ਅੰਮ੍ਰਿਤਸਰ ਬਾਰੇ ਗੱਲ ਕੀਤੀ, ਤਰਨ ਤਾਰਨ, ਪਠਾਨਕੋਟ ਤੇ ਗੁਰਦਾਸਪੁਰ। ਓਕੇ, ਤੇ ਹੁਣ ਆਪਾਂ ਗੱਲ ਕਰਦੇ ਹਾਂ ਦੁਆਬੇ ਖੇਤਰ ਬਾਰੇ। ਦੁਆਬਾ ਖੇਤਰ ਜਿਹੜਾ ਹੈਗਾ, ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਵੀ ਦੋ ਆਬ, ਦੋ ਦਰਿਆਵਾਂ ਦੀ ਵਿਚਕਾਰਲੀ ਜੋ ਧਰਤੀ ਹੈ ਬੇਟਾ, ਅਸੀਂ ਉਹਨੂੰ ਦੁਆਬਾ ਕਹਿੰਦੇ ਹਾਂ। ਔਰ ਦੁਆਬੇ ਦੇ ਜਿਹੜੇ ਮੇਨ ਸਾਡੇ ਸ਼ਹਿਰ ਨੇ, ਉਹਦੇ ਵਿੱਚ ਦੇਖੋ ਸਾਰੇ, ਇੱਕ ਤਾਂ ਆਪਣਾ ਹੈਗਾ ਜੀ ਕਪੂਰਥਲਾ, ਓਕੇ, ਫਿਰ ਜਲੰਧਰ, ਹੁਸ਼ਿਆਰਪੁਰ ਤੇ SBS ਨਗਰ ਜਾਂ ਸ਼ਹੀਦ ਭਗਤ ਸਿੰਘ ਨਗਰ। ਇਹ ਚਾਰ ਜਿਹੜੇ ਹੈਗੇ ਨੇ ਸ਼ਹਿਰ, ਚਾਰ ਜ਼ਿਲ੍ਹੇ, ਇਹ ਸਾਡੇ ਦੁਆਬਾ ਖੇਤਰ ਚ ਆਉਂਦੇ ਨੇ ਬੇਟਾ। ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਚਾਰ ਜ਼ਿਲ੍ਹੇ ਸਾਡੇ ਕੋਲ ਆਏ ਦੁਆਬਾ ਖੇਤਰ ਦੇ ਵਿੱਚ, ਚਾਰ ਜ਼ਿਲ੍ਹੇ ਆਏ ਮਾਝਾ ਖੇਤਰ ਦੇ ਵਿੱਚ, 8 ਹੋ ਗਏ ਜੀ, ਤੇ 10 ਜ਼ਿਲ੍ਹੇ ਸਾਡੇ ਪੈਂਦੇ ਨੇ ਮਾਲਵਾ ਖੇਤਰ ਦੇ ਵਿੱਚ, ਓਕੇ, ਤੇ ਜਿਹੜੇ ਚਾਰ ਜ਼ਿਲ੍ਹੇ ਉਹ ਸਾਡੇ ਪੁਆਧ ਖੇਤਰ ਦੇ ਵਿੱਚ। ਚਲੀਏ ਦੁਆਬੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕਪੂਰਥਲਾ। ਕਪੂਰਥਲਾ ਬੇਟਾ ਇਹ ਰਿਆਸਤੀ ਸ਼ਹਿਰ ਹੈ। ਤੁਸੀਂ ਕਿਉਂਕਿ ਬੱਚੇ ਹੁਣ ਨੌਵੀਂ ਚ ਬੇਟਾ ਨਵੇਂ ਆਏ ਹੋ, ਤੇ ਤੁਹਾਨੂੰ ਦੱਸ ਦਈਏ ਕਿ ਸਾਡੇ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਨਾ, ਭਾਰਤ ਦੇ ਵਿੱਚ ਬਹੁਤ ਛੋਟੀਆਂ ਛੋਟੀਆਂ ਰਿਆਸਤਾਂ ਸਨ ਤੇ ਉਹਨਾਂ ਦੇ ਰਾਜੇ ਹੋਇਆ ਕਰਦੇ ਸਨ। ਤੇ ਜਿਹੜਾ ਕਪੂਰਥਲਾ ਹੈ ਸਾਡਾ, ਇਹ ਵੀ ਇੱਕ ਰਿਆਸਤੀ ਸ਼ਹਿਰ ਹੈ। ਉਹਨੇ ਮਸ਼ਹੂਰ ਕਾਹਦੇ ਕਰਕੇ ਹੈ? ਇੱਕ ਤਾਂ ਇਹਦੇ ਵਿੱਚ ਸਾਇੰਸ ਸਿਟੀ ਹੈ ਬੇਟਾ, ਤੁਸੀਂ ਲੋਕਾਂ ਨੇ ਦੇਖੀ ਹੋਗੀ ਜ਼ਰੂਰ ਬੱਚਿਆਂ ਨੇ, ਸਾਇੰਸ ਸਿਟੀ। ਇੱਕ ਇਹਦੇ ਵਿੱਚ JCT ਉਦਯੋਗ ਹੈ, ਔਰ ਇੱਕ ਕਪੂਰਥਲਾ ਦੇ ਵਿੱਚ ਬੇਟਾ ਜੋ ਰੇਲ ਦੇ ਡਿੱਬੇ ਬਣਾਉਣ ਦਾ ਕਾਰਖਾਨਾ ਹੈ, ਓਕੇ, ਰੇਲ ਕੋਚ ਫੈਕਟਰੀ ਕਪੂਰਥਲਾ। ਤਾਂ ਇਹ ਜਿਹੜਾ ਮੇਨ ਇਹਨਾਂ ਕਰਕੇ ਹੈ ਬੇਟਾ, ਰਿਆਸਤੀ ਸ਼ਹਿਰ, ਸਾਇੰਸ ਸਿਟੀ, JCT ਇੰਡਸਟਰੀ ਹੈ, ਔਰ ਰੇਲ ਦੇ ਡਿੱਬੇ ਬਣਾਉਣ ਦਾ ਕਾਰਖਾਨਾ ਕਪੂਰਥਲਾ ਚ। ਜਲੰਧਰ, ਹਾਂ ਇਹ ਬੜਾ ਨੋਟ ਕਰ ਲਿਓ ਧਿਆਨ ਨਾਲ, ਜਿਹੜਾ ਜਲੰਧਰ ਹੈ ਨਾ, ਇਹਦਾ ਇੱਕ ਪਿੰਡ ਹੈ ਸੰਸਾਰਪੁਰ, ਔਰ ਜਿਹੜਾ ਸੰਸਾਰਪੁਰ ਹੈ, ਇਹ ਹਾਕੀ ਦੀ ਨਰਸਰੀ ਵਜੋਂ ਬਹੁਤ ਮਸ਼ਹੂਰ ਹੈ। ਯਾਨੀ ਕਿ ਇਸ ਪਿੰਡ ਨੇ ਜੋ ਹੈ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਉਹ ਹਾਕੀ ਦੇ ਪੈਦਾ ਕੀਤੇ ਨੇ, ਇਸ ਕਰਕੇ ਜੋ ਇਸ ਨੂੰ ਹਾਕੀ ਦੀ ਨਰਸਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਜਲੰਧਰ ਜ਼ਿਲ੍ਹੇ ਦਾ ਇਹ ਪਿੰਡ ਹੈ ਸੰਸਾਰਪੁਰ। ਤੇ ਮਸ਼ਹੂਰ ਹੈ, ਇਹ ਮੀਡੀਆ ਕੇਂਦਰ ਹੈ ਬੇਟਾ, ਇੱਥੇ ਦੂਰਦਰਸ਼ਨ ਕੇਂਦਰ ਹੈ, ਔਰ ਬਹੁਤ ਤਕੜਾ ਇਹ ਮੀਡੀਆ ਕੇਂਦਰ ਹੈ, ਔਰ ਖੇਡਾਂ ਦਾ ਸਮਾਨ ਇੱਥੇ ਬੇਟਾ ਮਿਲਦਾ ਹੈ, ਤੁਸੀਂ ਸਾਰੇ ਜਾਣਦੇ ਹੋ, ਜੋ ਵੀ ਸਪੋਰਟਸ ਗੁਡਸ ਨੇ ਸਾਰੇ ਉਹ ਆਪਾਂ ਜਲੰਧਰ ਤੋਂ ਲੈਂਦੇ ਹਾਂ, ਓਕੇ। ਤੇ ਜਲੰਧਰ ਤੋਂ ਬਾਅਦ ਮੈਂ ਆਉਂਦਾ ਹੁਸ਼ਿਆਰਪੁਰ। ਹੁਸ਼ਿਆਰਪੁਰ ਬੇਟਾ ਪਹਿਲਾਂ ਤਾਂ ਹੈ ਵੀ ਇਹ ਅਰਧ ਪਹਾੜੀ ਤੇ ਮੈਦਾਨੀ ਇਲਾਕਿਆਂ ਦਾ ਮਿਸ਼ਰਣ ਹੈ। ਹੁਸ਼ਿਆਰਪੁਰ ਇੱਕ ਇਹੋ ਜਿਹਾ ਡਿਸਟ੍ਰਿਕਟ ਹੈ ਕਿ ਜਿਹਦੇ ਵਿੱਚ ਪਹਾੜੀਆਂ ਵੀ ਨੇ ਤੇ ਨਾਲ ਮੈਦਾਨੀ ਇਲਾਕਾ ਵੀ ਹੈ, ਓਕੇ। ਤੇ ਇੱਥੇ ਵੀ ਇੱਕ ਪਿੰਡ ਹੈ ਬੇਟਾ ਮਾਹਿਲਪੁਰ, ਔਰ ਜਿਹੜਾ ਕਿ ਫੁੱਟਬਾਲ ਦੀ ਨਰਸਰੀ ਵਾਸਤੇ ਮਸ਼ਹੂਰ ਹੈ। ਹਾਂ ਇਹ ਤੁਸੀਂ ਧਿਆਨ ਨਾਲ ਬੇਟਾ ਨੋਟ ਕਰ ਲਓ, ਜਿਹੜਾ ਜਲੰਧਰ ਹੈ ਉਹਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਵਾਸਤੇ, ਤੇ ਹੁਸ਼ਿਆਰਪੁਰ ਦਾ ਜਿਹੜਾ ਪਿੰਡ ਹੈ ਮਾਹਿਲਪੁਰ, ਇਹ ਫੁੱਟਬਾਲ ਦੀ ਨਰਸਰੀ ਵਾਸਤੇ ਮਸ਼ਹੂਰ ਹੈ। ਤੇ ਇਹਦਾ ਹੀ ਬੜਾ ਜੋ ਇੱਕ ਖੇਤਰ ਹੈ ਟਾਡਾ ਉਡਮੁੜ,
ਇਹ ਜਿਹੜਾ ਹੈ ਫਰਨੀਚਰ ਤੇ ਸੰਗੀਤ ਸਾਜ਼ ਵਾਸਤੇ ਮਸ਼ਹੂਰ ਹੈ ਬੇਟਾ। ਟਾਂਡਾ ਉਡਮੁੜ ਬੇਟਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਖੇਤਰ ਹੈ। ਓਕੇ, ਔਰ ਹੁਣ ਜਿਹੜਾ ਸ਼ਹੀਦ ਭਗਤ ਸਿੰਘ ਹੈ ਬੇਟਾ, ਇਹ ਆਪਣੀ ਜਿਹੜੇ ਸਾਡੇ ਕ੍ਰਾਂਤੀਕਾਰੀ ਨੇ ਬੇਟਾ ਸ਼ਹੀਦ ਭਗਤ ਸਿੰਘ, ਉਹਨਾਂ ਦੀ ਜੋ ਹੈ ਜਨਮ ਭੂਮੀ ਹੈ ਐਸੇ ਜ਼ਿਲ੍ਹੇ ਦੇ ਵਿੱਚ, ਤਾਂ ਇਸੇ ਕਰਕੇ ਇਹਦਾ ਜਿਹੜਾ ਨਾਮ ਹੈ ਇਹ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ। ਪਹਿਲੇ ਇਹਦਾ ਨਾਮ ਬੇਟਾ ਨਵਾਂ ਸ਼ਹਿਰ ਸੀ ਔਰ 1995 ਦੇ ਵਿੱਚ ਇਹ ਜਿਹੜਾ ਜ਼ਿਲ੍ਹਾ ਬਣਿਆ ਤੇ ਇਹਦਾ ਨਾਮ ਰੱਖਿਆ ਗਿਆ ਸ਼ਹੀਦ ਭਗਤ ਸਿੰਘ ਨਗਰ। ਓਕੇ ਜੀ, ਇਹ ਆਪਣਾ ਦੁਆਬਾ ਖੇਤਰ। ਤੇ ਹੁਣ ਆਪਾਂ ਗੱਲ ਕਰਦੇ ਹਾਂ ਪੁਆਧ ਖੇਤਰ ਦੀ ਬੇਟਾ। ਪੁਆਧ ਖੇਤਰ ਦੇ ਵਿੱਚ ਫਤਿਹਗੜ੍ਹ ਸਾਹਿਬ ਹੈ, ਨਾਮ ਰੱਖਿਆ ਗਿਆ ਸਭ ਤੋਂ ਜੋ ਸਾਡੇ ਛੋਟੇ ਸਾਹਿਬਜ਼ਾਦੇ ਨੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਨਾਮ ਤੋਂ। ਤੇ 1992 ਦੇ ਵਿੱਚ ਇਹ ਜ਼ਿਲ੍ਹਾ ਬਣਿਆ ਫਤਿਹਗੜ੍ਹ ਸਾਹਿਬ। ਪਟਿਆਲਾ ਬੇਟਾ ਇਹ ਵੀ ਸਾਡਾ ਰਿਆਸਤੀ ਸ਼ਹਿਰ ਹੈ ਔਰ 1995 ਤੱਕ ਇਹ ਪੈਪਸੂ ਰਾਜ ਦੀ ਰਾਜਧਾਨੀ ਸੀ। ਆਪਾਂ ਪਹਿਲਾਂ ਪਾਰਟ 1 ਚ ਬੇਟਾ ਕੀਤਾ ਹੈ, ਪੈਪਸੂ ਰਾਜ ਦੀ ਰਾਜਧਾਨੀ ਰਿਹਾ ਹੈ ਪਟਿਆਲਾ, ਰਿਆਸਤੀ ਜੋ ਹੈ ਸਾਡਾ ਇਹ ਸ਼ਹਿਰ ਹੈ। ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬੇਟਾ ਜਿਹਨੂੰ ਪਹਿਲਾਂ ਮੋਹਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਇਹ ਜਿਹੜੇ ਸਾਡੇ ਵੱਡੇ ਜੋ ਸਾਹਿਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ ਬੇਟਾ ਉਹਨਾਂ ਦੇ ਨਾਮ ਤੋਂ ਰੱਖਿਆ ਗਿਆ ਹੈ। ਤੇ ਲਾਸਟ ਹੈ ਸਾਡਾ ਰੂਪਨਗਰ ਜਿਹਨੂੰ ਪਹਿਲਾਂ ਰੋਪੜ ਕਿਹਾ ਜਾਂਦਾ ਸੀ। ਇਹ ਸ਼ਹਿਰ ਬਹੁਤ ਪੁਰਾਣਾ ਹੈ ਬੇਟਾ, 11ਵੀਂ ਸਦੀ ਦਾ ਸ਼ਹਿਰ ਦੇਖੋ ਕਿੰਨਾ ਪੁਰਾਣਾ ਦੇਖੋ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਹ ਸਰਹੱਦੀ ਸ਼ਹਿਰ ਹੁੰਦਾ ਸੀ, ਮਤਲਬ ਜੋ ਹੱਦ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹ ਰੋਪੜ ਤੱਕ ਜੋ ਬੋਟਾ ਹੁੰਦੀ ਸੀ। ਤਾਂ ਇਹ ਜਿਹੜੇ ਸਾਡੇ ਜੋ ਸਾਡੇ ਮੇਨ ਜ਼ਿਲ੍ਹੇ ਨੇ ਬੇਟਾ ਉਹਦੇ ਬਾਰੇ ਆਪਾਂ ਗੱਲ ਕੀਤੀ ਹੈਗੀ ਹੈ। ਤੇ ਹਾਂਜੀ, ਹੁਣ ਜੋ ਟਾਈਮ ਬਚਿਆ ਹੈ ਉਹ ਜੋ ਵੀ ਤੁਹਾਡੇ ਕੁਐਸਚਨ ਨੇ ਬੇਟਾ ਮੈਂ ਹੁਣ ਇੱਕ ਇੱਕ ਕਰਕੇ ਦੱਸ ਰਿਹਾ ਹਾਂ। ਥੈਂਕ ਯੂ ਕੋਮਲਪ੍ਰੀਤ। ਚਰਨਜੀਤ ਬੇਟਾ ਵੀਡੀਓ ਜਦੋਂ ਵੀ ਸਾਡੇ ਕੋਲ ਰੈਡੀ ਹੋਏਗੀ ਅਸੀਂ ਲਿੰਕ ਪਾ ਦੇਵਾਂਗੇ, ਉਹ ਚੱਲ ਜਾਏਗਾ। ਤੇ ਹਾਂਜੀ, ਇਹ ਆਪ ਜੀ ਨੂੰ ਜੋ ਕਲਾਸ ਕਿਵੇਂ ਲੱਗੀ? ਹਾਂਜੀ, ਜਲਦੀ ਨਾਲ ਬੱਚੇ ਦੱਸਣ ਤਾਂ ਕਿ ਆਪਣਾ ਟਾਈਮ ਖਤਮ ਹੋਣ ਤੋਂ ਪਹਿਲਾਂ ਪਹਿਲਾਂ। ਓਕੇ, ਹਰਸ਼, ਵਿਕਾਸ, ਥੈਂਕ ਯੂ ਬੇਟਾ, ਥੈਂਕਸ ਅ ਲੋਟ। ਤੇ ਅੱਗੇ ਵੀ ਬੇਟਾ ਮੈਂ ਜਲਦੀ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਕੋਲ ਆਉਣ ਦੀ। ਹਾਂ, ਮਾਨਸੀ, ਜਸ਼ਨਪ੍ਰੀਤ, ਵੈਰੀ ਨਾਈਸ। ਔਰ ਟਾਈਮ ਬੇਟਾ ਆਪਣਾ ਹੋ ਰਿਹਾ ਹੈ ਤੇ ਜਲਦੀ ਹੀ ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ। ਥੈਂਕ ਯੂ ਚਰਨਜੀਤ। ਤੇ ਚਲੀ, ਮੈਂ ਜਿੰਨਾ ਤੁਹਾਡੇ ਕੋਲ ਪੁੱਛਿਆ ਬੇਟਾ ਉਹਦੇ ਵਿੱਚ ਇੱਕ ਕੁਐਸਚਨ ਤੁਹਾਡੇ ਕੋਲ ਮੈਂ ਪੁੱਛ ਰਿਹਾ ਹਾਂ। ਕੁਐਸਚਨ ਮੇਰਾ ਇਹ ਹੈ ਕਿ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ? ਜੀ, ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ? ਤੁਸੀਂ ਜੋ ਹੈ ਆਪਣਾ ਆਂਸਰ ਬੇਟਾ। ਓਕੇ, ਹਾਂ ਬੱਚੇ ਲਿਖ ਰਹੇ ਹੈ, ਦੈਟਸ ਵੈਰੀ ਨਾਈਸ। ਹਾਂਜੀ ਸਾਗਰ, ਬਹੁਤ ਅੱਛਾ ਬੇਟਾ। ਜਸ਼ਨਪ੍ਰੀਤ, ਪਠਾਨਕੋਟ ਬੇਟਾ ਨਹੀਂ, ਤੁਸੀਂ ਮੇਰਾ ਕੁਐਸਚਨ ਦੁਬਾਰਾ ਸੁਣੋ ਕਿ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਆਬਾਦੀ ਸਭ ਤੋਂ ਘੱਟ ਹੈ? ਤੇ ਜੇ ਆਪਾਂ ਜਨਸੰਖਿਆ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜੋ ਘੱਟ ਜਨਸੰਖਿਆ ਹੈ ਉਹ ਬਰਨਾਲਾ ਹੈ। ਤੇ ਜੇਕਰ ਮੈਂ ਗੱਲ ਕਰਾਂ ਖੇਤਰਫਲ ਦੀ, ਵੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਖੇਤਰਫਲ ਪੱਖੋਂ ਛੋਟਾ ਹੈ, ਤਾਂ ਫਿਰ ਤੁਸੀਂ ਜਿਹੜੀ ਗੱਲ ਕਰ ਰਹੇ ਜੋ ਸਾਡਾ ਪਹਾੜੀ ਜ਼ਿਲ੍ਹਾ ਹੈ ਖੇਤਰਫਲ ਪੱਖੋਂ ਸਭ ਤੋਂ ਛੋਟਾ ਜ਼ਿਲ੍ਹਾ ਬੇਟਾ, ਖੇਤਰਫਲ ਪੱਖੋਂ ਸਭ ਤੋਂ ਛੋਟਾ ਜ਼ਿਲ੍ਹਾ ਜਿਹੜਾ ਸਾਡਾ ਉਹ ਹੈਗਾ। ਹਾਂਜੀ ਬੱਚੇ, ਆਪਣਾ ਮੈਸੇਜ ਕਰ ਸਕਦੇ ਹੋ ਜਲਦੀ ਨਾਲ। ਲੁਧਿਆਣਾ ਤੇ ਬੇਟਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਖੇਤਰਫਲ ਪੱਖੋਂ ਵੀ ਤੇ ਆਬਾਦੀ ਪੱਖੋਂ ਵੀ। ਯੈਸ ਹਰਮਨਪ੍ਰੀਤ, ਵੈਰੀ ਨਾਈਸ। ਹਾਂ ਜਸ਼ਨ, ਗੁੱਡ ਬੇਟਾ।
सब तो जो छोटा जिला साडा वो है पठानकोट। ओके हाँ जी, एक मिनट होर दसो जल्दी नाल के असी पंजाब दे किस जिले नू मालवा दा दिल कहने हैगे हां। पंजाब दे किस जिले नू मालवा दा दिल। हाँ जी बिल्कुल हर्ष गुरसेवक, वाह वेरी नाइस गुड, बहुत अच्छे बेटा, बठिंडा जो है। हाँ तो आंसर सारा का सही है बेटा। होर तुसीं मैनूं दसो पंजाब दा केड़ा जिला है कि जिहड़ा पहाड़ी भी है और मैदानी भी है। पंजाब दा केड़ा जिला पहाड़ी भी है मैदानी भी है और उस जिले विच जंगल सब तो ज्यादा ने बेटा। यस नवदीप, वेल डन बेटा, होशियारपुर इज द करेक्ट आंसर। हाँ गुरसेवक बिल्कुल सही जवाब बेटा। जी पंजाब दे किस जिले दे विच, हाँ जी बेटा सारा ने तुहाड़ा जवाब बिल्कुल सही है। नेक्स्ट मेरा क्वेश्चन है, सुनो ध्यान नाल सारे बच्चे, पंजाब दे किस जिले विच हाकी दी नर्सरी संसारपुर पिंड है गया। पंजाब दे किस जिले दे विच जो हाकी दी नर्सरी जिन्हों से संसारपुर है पिंड बेटा। हाँ जी बहुत अच्छा गुड गुड, अनमोल, चरणजीत, मानसी, हर्ष, दैट्स वेरी नाइस बेटा। चलिए मैं एक होर क्वेश्चन पूछना थोड़े को, पंजाब दे किस जिले नू चिट्टे सोने दी भूमि किया जाता है। हाँ जी दुनिया बेटा बिल्कुल सही है कोमलप्रीत गुट। पंजाब दे किस जिले नू चिट्टे सोने दी भूमि किया जाता है। सब तो पहले जो है जवाब दिता सानू मानसी ने, फिर हरजोत, नवदीप, चरणजीत, गुरसेवक, दोनिया, जसमीन। यस बहुत अच्छे बेटा, बस चलो अपने को 2-3 मिनट होर ने। कोमलप्रीत, जलंधर नहीं बेटा, चिट्टे सोने दी भूमि मानसा है, मानसा, क्योंकि उत्थे कपाह जिहड़ी है ज्यादा हुंदी है, कपाह दा रंग वाइट हुंदा है, चिट्टा हुंदा है, ऐसे करके जो उसनूं चिट्टे सोने दी भूमि कहा जाता है बेटा। ओके चलिए नेक्स्ट मेरा क्वेश्चन है कि पंजाब दा केड़ा जिला रियासती जो रियासत सी जींद ओदी राजधानी हुंदा। हाँ जी पंजाब दा केड़ा जिला जींद रियासत दी राजधानी होया करदा सी। जींद रियासत दी राजधानी पंजाब दा केड़ा जिला बेटा, जड़ा ओही जिला बेटा जो भिन्नतावां नाल भरिया होया है। नहीं नहीं ना 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 ना, नहीं भिन्नतावां नाल बेटा परा शहर अपने जिला है, मालवे का जिला है बेटा। नहीं पेप्सू दे विच तां बेटा जींद एक रियासत जिहड़ी है वो बाद उन्होंने शामिल कर लिया गया सी, लेकिन उस तो पहला जो है कदे जींद रियासत दी राजधानी। हाँ यस हरजोत बहुत अच्छा है बेटा। हाँ अनमोल वेरी नाइस गुड, संगरूर। चलो बेटा टाइम सानू होर आगे नहीं दे रहा, फिर भी मैं चलदा चलदा साढ़े पंजाब का जड़ा केड़ा जिला है।